ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅ ਅੱਜ ਸਿडनी ਦੇ ਵਿੱਚ ਰੁਪਿੰਦਰ ਕੌਰ ਆਏ ਹੋਏ ਨੇ ਇਹੇ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਦੇ ਨੇ ਕੁਸ਼ਤੀ ਦੇ ਮੁਕਾਬਲਿਆਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਓ ਆਪਾਂ ਇਹਨਾਂ ਦੇ ਨਾਲ ਅੱਜ ਸਿੱਖ ਚੈਨਲ ਦੇ ਦਰਸ਼ਕਾਂ ਦੇ ਲਈ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਆਸਟ੍ਰੇਲੀਆ ਆਏ ਤੇ ਕਿਸ ਤਰੀਕੇ ਨਾਲ ਇਹਨਾਂ ਨੇ ਅ ਕੁਸ਼ਤੀ ਦੇ ਮੁਕਾਬਲਿਆਂ ਦੇ ਵਿੱਚ ਰੈਸਲਿੰਗ ਦੇ ਮੁਕਾਬਲਿਆਂ ਵਿੱਚ ਆਸਟ੍ਰੇਲੀਆ ਦੀ ਨਮਾਇੰਦਗੀ ਅੰਤਰਰਾਸ਼ਟਰੀ ਪੱਧਾਨਤ ਦੇ ਉੱਤੇ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਮੈਂ ਰਪਿੰਦਰ ਜੀ ਤੋਤੋਂ ਤੁਹਾਡੇ ਪਿੰਡ ਬਾਰੇ ਤੇ ਤੁਹਾਡੇ ਜਨਮ ਬਾਰੇ ਪੁੱਛਣਾ ਚਾਹੁੰਨਾ ਕਿੱਥੇ ਤੁਹਾਡਾ ਜਨਮ ਹੋਇਆ ਤੇ ਕਿੱਥੇ ਤੁਹਾਡੇ ਜਿਹੜੇ ਮੁੱਢਲੀ ਮੁੱਢਲਾ ਜੀਵਨ ਆ ਉਹ ਬਤੀਤ ਹੋਇਆ ਹਾਂਜੀ ਜਨਮਦਾਰ ਅਸਲ ਮੇਰਾ ਪਟਿਆਲੇ ਹੋਇਆ ਕਿਉਂਕਿ ਮੇਰੇ ਡੈਡ ਆਰਮੀ 'ਚ ਸੀਗੇ ਤੇ ਉਹਨਾਂ ਦੀ ਪੋਸਟਿੰਗ ਉੱਥੇ ਹੋਈ ਸੀ ਤੇ ਉੱਥੇ ਹੀ ਮੇਰਾ ਜਨਮ ਹੋਇਆ ਬਟ ਜਿਹੜੀ ਮੈਂ ਗੇਮ ਜਾਂ ਸਟੱਡੀ ਕੀਤੀ ਆ ਉਹ ਤਰਨ-ਤਰਨ ਕੀਤੀ ਆ ਹਰੀਕੇ ਪੱਤਨ ਸਾਡਾ ਸ਼ਹਿਰ ਆ ਜਿੱਥੇ ਅਸੀਂ ਮੈਂ ਰਹਿੰਦੀ ਆ ਰਹਿੰਦੀ ਸੀ ਤੇ ਜਿਹੜੀ ਟ੍ਰੇਨਿੰਗ ਲੈਂਦੀ ਰਹੀ ਆ ਜਿਹੜੀ ਰੈਸਲਿੰਗ ਸਟਾਰਟ ਕੀਤੀ ਸੀ ਉਹ ਮੈਂ 7th ਕਲਾਸ ਤੋਂ ਸਟਾਰਟ ਕੀਤੀ ਤੇ ਕੰਟੀਨਿਊਸਲੀ ਜੁਡੋ ਪਹਿਲਾਂ ਸ਼ੁਰੂ ਕੀਤੀ ਜੁਡੋ ਮੈਂ 4 ਸਾਲ ਸਕੂਲ ਨੈਸ਼ਨਲ ਜੁਡੋ ਦੇ ਖੇਲੇ ਫਿਰ ਉਸ ਤੋਂ ਬਾਅਦ ਜਿੱਦਾਂ ਉਹ ਜਦੋਂ ਰੈਸਲਿੰਗ ਸਟਾਰਟ ਕੀਤੀ ਤੇ ਮੈਨੂੰ ਲੱਗਾ ਕਿ ਮੈਨੂੰ ਰੈਸਲਿੰਗ ਜ਼ਿਆਦਾ ਬੈਟਰ ਲੱਗੀ ਕਿ ਮੈਂ ਉਹਦੇ ਵਿੱਚ ਜ਼ਿਆਦਾ ਸਹੀ ਆ ਤੇ ਫਿਰ ਮੈਂ ਰੈਸਲਿੰਗ ਹੀ ਕੰਟੀਨਿਊ ਕੀਤੀ ਜੁਡੋ ਫਿਰ ਸਟਾਪ ਕਰਤੀ ਸੀ ਕਰਨੀ ਹਾਂਜੀ ਅ ਪੰਜਾਬ ਦੇ ਵਿੱਚ ਜਾਂ ਹਿੰਦੂ ਭਾਰਤ ਦੇ ਵਿੱਚ ਰਹਿੰਦੇ ਆ ਤੁਸੀਂ ਕਿਸ ਪੱਧਰ ਦੇ ਉੱਤੇ ਜਿਹੜੀ ਰੈਸਲਿੰਗ ਆ ਉਹਦੇ ਮੁਕਾਬਲਿਆਂ 'ਚ ਇਸ ਸਾਲ ਇੰਦੇ ਰਹੇ ਹੋ ਤੇ ਕਿੰਨੀ ਕਿਹੜੇ ਗ੍ਰੇਡ ਤੋਂ ਯਾਨੀ ਕਿ ਕਿਹੜੀ ਕਲਾਸ ਤੋਂ ਤੁਸੀਂ ਸ਼ੁਰੂ ਕਰਤੀ ਸੀ ਜਿਹੜੀ ਇਹਨਾਂ ਮੁਕਾਬਲਿਆਂ ਦੇ ਵਿੱਚ ਭਾਗ ਲੈਣਾ ਹਾਂਜੀ ਮੈਂ ਜਿੱਦਾਂ ਦੱਸਦੀ ਤੁਹਾਨੂੰ ਜੁਡੋ ਦਾ ਸਟਾਰਟ ਕੀਤੀ ਸੀ ਸਕੂਲ 'ਚ ਤੇ ਰੈਸਲਿੰਗ ਜਿਹੜੀ ਸਟਾਰਟ ਕੀਤੀ ਜਦੋਂ ਮੈਂ 11th ਸਟੈਂਡਰਡ ਦੇ ਵਿੱਚ ਹੋਈ ਸੀਗੀ ਜਦੋਂ ਇੰਡੀਆ ਤੇ 12th ਦੇ ਵਿੱਚ ਮੈਂ ਪਹਿਲੀ ਨੈਸ਼ਨਲ ਖੇਲੀ ਸੀਗੀ ਰੈਸਲਿੰਗ ਦੀ ਤੇ ਉਸ ਤੋਂ ਬਾਅਦ ਜਦੋਂ ਮੇਰੀ 12th ਖਤਮ ਹੋਈ ਸਬ ਜੂਨੀਅਰ ਨੈਸ਼ਨਲ ਖੇਲੀ ਸੀ ਉਹਦੇ 'ਚ ਮੇਰਾ 골ਡ ਆਇਆ ਸੀ ਤੇ ਫਿਰ ਫਿਰ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਸਬ ਜੂਨੀਅਰ ਕੈਟਾਗਰੀ ਦੇ ਵਿੱਚ ਹੀ ਤੇ ਉਦੋਂ ਟਰਕੀ ਵਿਖੇ ਹੋਈ ਸੀ ਤੇ ਉਦੋਂ ਮੇਰਾ 골ਡ ਮੈਡਲ ਆਇਆ ਸੀ ਤਾਂ ਸਭ ਜੂਨੀਅਰ ਤੋਂ ਦੱਸਿਆ ਤੁਹਾਨੂੰ ਸਟਾਰਟ ਕੀਤਾ ਸੀ ਫਿਰ ਜੂਨੀਅਰ ਨੈਸ਼ਨਲ ਚੋਂ 골ਡ ਮੈਡਲ ਆਇਆ ਫਿਰ ਸੀਨੀਅਰ ਨੈਸ਼ਨਲ ਚੋਂ ਵੀ ਆਇਆ ਤੇ ਜਦੋਂ ਮੈਂ ਸੀਨੀਅਰ ਨੈਸ਼ਨਲ ਇੱਕ ਖੇਲੀ ਸੀ ਉਸ ਤੋਂ ਬਾਅਦ ਮੇਰਾ ਇੱਧਰ ਆਉਣ ਦਾ ਮਨ ਬਣ ਗਿਆ ਕਿ ਜਿਵੇਂ ਆਸਟ੍ਰੇਲੀਆ ਸਟੱਡੀ ਕਰਨ ਜਾਣਾ ਆ ਸਾਰਿਆਂ ਦਾ ਹੁੰਦਾ ਆ ਪਰ ਮੈਂ ਸੋਚਿਆ ਸੀ ਜਿੱਦਾਂ 2 ਸਾਲ ਸਟੱਡੀ ਕਰਕੇ ਵਾਪਸ ਮੁੜ ਜਾਣਾ ਆਸਟ੍ਰੇਲੀਆ ਤੋਂ ਪਰ ਬਾਅਦ ਵਿੱਚ ਨਹੀਂ ਦਿਲ ਕੀਤਾ ਵਾਪਸ ਇੱਥੇ ਨਹੀਂ ਜਾਣ ਤੁਸੀਂ ਜੇ ਇਸ ਤਰ੍ਹਾਂ ਦੱਸਿਆ ਕਿ ਆਸਟ੍ਰੇਲੀਆ ਜਿਵੇਂ ਆਪਣੇ ਉੱਥੇ ਹੁਣ ਪੰਜਾਬ ਚੋਂ ਹੀ ਬਹੁ ਗਿਣਤੀ ਆ ਆ ਰਹੇ ਨੇ ਵਿਦਿਆਰਥੀ ਅ ਕਿਉਂਕਿ ਪੁਰਖ ਦੀ ਗੱਲ ਆ ਵੀ ਆਸਟ੍ਰੇਲੀਆ ਦੇ ਵਿੱਚ ਵਿੱਦਿਆ ਪ੍ਰਾਪਤ ਕਰਕੇ ਸਾਡੇ ਮੁੰਡੇ ਕੁੜੀਆਂ ਜਿਹੜੇ ਨੇ ਇੱਥੇ ਸਥਾਪਿਤ ਹੋ ਜਾਂਦੇ ਨੇ ਜ਼ਿੰਦਗੀ ਦੀ ਸ਼ੁਰੂਆਤ ਤੋਂ ਬਿਹਤਰ ਤਰੀਕੇ ਨਾਲ ਕਰ ਸਕਦੇ ਨੇ ਸਥਾਪਤੀ ਦੇ ਜ਼ਿਆਦਾ ਚਾਂਸ ਨਹੀਂ ਤੇ ਉਸੇ ਤਰੀਕੇ ਨਾਲ ਤੁਸੀਂ ਇੱਥੇ ਵਿੱਦਿਆ ਦੇ ਲਈ ਜਾਂ ਉੱਚੀ ਵਿੱਦਿਆ ਦੇ ਲਈ ਆਸਟ੍ਰੇਲੀਆ ਆਏ ਕਦੋਂ ਤੁਹਾਡਾ ਆਸਟ੍ਰੇਲੀਆ ਆਉਣਾ ਬਣਿਆ ਅ 2007 ਦੇ ਵਿੱਚ ਜਦੋਂ ਮੈਂ ਆਸਟ੍ਰੇਲੀਆ ਆਈ ਤੇ ਮੈਨੂੰ ਸੀਗਾ ਜਿੱਦਾਂ ਗੇਮ ਉੱਥੇ ਹੀ ਕਰਦੀ ਸੀਗੀ ਪੇ ਮੈਨੂੰ ਇਹ ਹੋ ਗਿਆ ਕਿ ਮੈਂ ਆਸਟ੍ਰੇਲੀਆ ਜਾ ਕੇ ਵੀ ਜੇ ਮੇਰਾ ਕੁਝ ਮੈਨੂੰ ਹਾਸਲ ਹੋ ਸਕਿਆ ਮੈਂ ਗੇਮ ਸਟਾਰਟ ਕਰੂੰਗੀ ਮੈਂ ਆਪਣੇ ਜਿਵੇਂ ਰੈਸਲਿੰਗ ਦੀ ਡਰੈਸ ਹੁੰਦੀ ਆ ਕਾਸਟਿਮ ਸਿੰਗਲਰਸ ਉਹ ਨਾਲ ਲੈ ਕੇ ਆਈ ਹੀ ਰੈਸਲਿੰਗ ਸ਼ੂਜ਼ ਵੀ ਨਾਲ ਲੈ ਕੇ ਆਈ ਸੀਗੀ ਵੀ ਮੈਂ ਇੱਥੇ ਆ ਕੇ ਵੀ ਗੇਮ ਜਿਹੜੀ ਆ ਸਟਾਰਟ ਕਰਨੀ ਮੈਨੂੰ ਪਤਾ ਨਹੀਂ ਸੀ ਹਾਲਾਂਕਿ ਇੱਥੇ ਕਿੱਥੇ ਕਲੱਬ ਆ ਜਾਂ ਕਿੱਥੇ ਮੈਨੂੰ ਕੋਈ ਮਿਲੂਗਾ ਟ੍ਰੇਨਿੰਗ ਦੇਣ ਵਾਲਾ ਬਟ ਫਿਰ ਵੀ ਮੇਰੇ ਦਿਲ 'ਚ ਉਮੀਦ ਸੀ ਆਸ ਸੀਗੀ ਕਿ ਮੈਂ ਸਟਾਰਟ ਕਰ ਹੀ ਲੈਣੀ ਕਿਤੇ ਨਾ ਕਿਤੇ ਤੋਂ ਇਸ ਕਰਕੇ ਇਦਾਂ ਸ਼ੁਰੂਆਤ ਹੋਈ ਸਾਡੀ ਇੱਥੇ ਆ ਕੇ ਕਿੰਨੀ ਕੌਖੀ ਰਹੀ ਆਸਟ੍ਰੇਲੀਆ ਦੇ ਵਿੱਚ ਤੁਹਾਡੀ ਜਿਹੜੀ ਆ ਰੈਸਲਿੰਗ ਦੇ ਮੁਕਾਬਲੇਾਂ ਚ ਭਾਗ ਲੈਣਾ ਜਾਂ ਸ਼ਮੂਲੀਅਤ ਕਰਨੀ ਕਿੰਨਾ ਕੌਖਾ ਸੀ ਜਾਂ ਕਿਸ ਤਰ੍ਹਾਂ ਦਾ ਪਹਿਲਾ ਯਾਨੀ ਕਿ ਜਿਹੜਾ ਤੁਹਾਡਾ ਪ੍ਰਭਾਵ ਕਿਵੇਂ ਬਣਿਆ ਹਾਂਜੀ ਸਭ ਤੋਂ ਪਹਿਲਾਂ ਤੇ ਜਿੱਦਾਂ ਮਨ ਸੀਗਾ ਕਿ ਕਰਨਾ ਆ ਕੁਝ ਤੇ ਜਿੱਦਾਂ ਮੈਨੂੰ ਪਹਿਲਾਂ ਕਲੱਬ ਲੱਭਣਾ ਜ਼ਰੂਰੀ ਸੀਗਾ ਫਿਰ ਜਿੱਦਾਂ ਚਰਨਮਨ ਸਿੰਘ ਜੀ ਉਹਨਾਂ ਨੂੰ ਤੁਸੀਂ ਜਾਣਦੇ ਹੋਣੇ ਮੈਲਬਨ ਤੋਂ ਉਹਨਾਂ ਨਾਲ ਮੈਂ ਗੱਲ ਕੀਤੀ ਕਿ ਮੈਨੂੰ ਕੋਈ ਰੈਸਲਿੰਗ ਕਲੱਬ ਜਿੱਦਾਂ ਕੋਈ ਨਾ ਕੋਈ ਲੱਭ ਕੇ ਦੋ ਜੇ ਕੋਈ ਹੈਗਾ ਆ ਤੇ ਮੈਂ ਉੱਥੇ ਟ੍ਰੇਨਿੰਗ ਲਈ ਜਾਣਾ ਆ ਫਿਰ ਉਹਨਾਂ ਨੇ ਕੁਲਦੀਪ ਬਾਸੀ ਅੰਕਲ ਨਾਲ ਗੱਲ ਕੀਤੀ ਉਹਨਾਂ ਨੂੰ ਉਹਨਾਂ ਦਾ ਕਲੱਬ ਹੈਗਾ ਰੈਸਲਿੰਗ ਕਲੱਬ ਸੀਗਾ ਤੇ ਮੈਨੂੰ ਉਹਨਾਂ ਨੇ ਮਿਲਾਇਆ ਫਿਰ ਉਹਨਾਂ ਨੇ ਕਿਹਾ ਕਿ ਮੋਸਟ ਵੈਲਕਮ టు ਜਦੋਂ ਵੀ ਆਉਣਾ ਚਾਵੇਂ ਵੀ ਅਸੀਂ ਕਰਾਵਾਂਗੇ ਤੈਨੂੰ ਟ੍ਰੇਨਿੰਗ ਫਿਰ ਮੈਂ ਕੁਲਦੀਪ ਬੱਸ ਹੀ ਅੰਕਲ ਦੇ ਕਲੱਬ ਤੋਂ ਹੀ ਟ੍ਰੇਨਿੰਗ ਸਟਾਰਟ ਕੀਤੀ ਤੇ ਉਹਨਾਂ ਵੱਲੋਂ ਹੀ ਖੇਡਦੀ ਰਹੀਆਂ ਤੇ ਹਾਲਾਂਕਿ ਬਹੁਤ ਦੂਰ ਪੈਂਦਾ ਸੀ ਸਾਡੇ ਘਰ ਤੋਂ ਜਿੱਦਾਂ ਦੋ ਟ੍ਰੇਨ ਚੇਂਜ ਕਰਨੀਆਂ ਪੈਂਦੀਆਂ ਸੀ 2 ਘੰਟੇ ਦਾ ਸਫਰ ਸੀਗਾ ਪਰ ਮੈਨੂੰ ਸੀਗਾ ਵੀ ਟ੍ਰੇਨਿੰਗ ਤੇ ਜਾਣਾ ਜਿੱਦਾਂ ਜੌਬ ਕਰਕੇ ਆਪਣੀ ਸਟੱਡੀ ਕਰਕੇ ਫਿਰ ਜਾਣਾ ਔਖਾ ਤੇ ਲੱਗਦਾ ਸੀ ਬਟ ਫਿਰ ਵੀ ਜਦੋਂ ਸੀਗਾ ਵੀ ਟ੍ਰੇਨਿੰਗ ਕਰਨੀ ਆ ਤੇ ਕੁਝ ਕਰਨਾ ਆ ਤੇ ਫਿਰ ਜਾ ਹੀਦਾ ਸੀਗਾ ਹਾਂਜੀ ਗੁਲਦੀਪ ਸਿੰਘ ਬਾਸੀ ਹੋਰੀ ਜਿਨ੍ਹਾਂ ਦਾ ਚੰਗਾ ਚੋਖਾ ਨਾਮ ਆ ਆਸਟ੍ਰੇਲੀਆ ਦੇ ਵਿੱਚ ਉਹ ਕਾਫੀ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਖਿਡਾਰੀ ਨੇ ਉਹਨਾਂ ਨੇ ਕੁਸ਼ਤੀ ਮੁਕਾਬਲਿਆਂ ਦੇ ਵਿੱਚ ਪੈਦਾ ਕੀਤੇ ਨੇ ਆਸਟ੍ਰੇਲੀਆ ਦੇ ਵਿੱਚ ਕਵੈਡੀ ਦੇ ਵਿੱਚ ਵੀ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਤੇ ਜਿਸ ਤਰ੍ਹਾਂ ਰੁਪਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਨੇ ਵੀ ਕੁਲਦੀਪ ਸਿੰਘ ਵਾਸੀ ਹੋਰਾਂ ਦੇ ਨਾਲ ਹੀ ਜਿਹੜੀ ਆ ਉਹਨਾਂ ਦੇ ਕਲੱਬ ਦੇ ਵਿੱਚ ਕੁਸ਼ਤੀ ਦੀ ਸ਼ੁਰੂਆਤ ਕੀਤੀ ਤੇ ਆਸਟ੍ਰੇਲੀਆ ਦੇ ਵਿੱਚ ਪੱਕੇ ਵੀ ਸਨੀਕ ਤੁਸੀਂ ਫਿਰ ਕਿਵੇਂ ਬਣੇ ਤੇ ਕਦੋਂ ਬਣੇ ਪੱਕੇ ਬਸ ਨੀਕ ਵੀ ਜਿੱਦਾਂ ਸਪੋਰਟਸ 베ਸ ਤੇ ਹੀ ਇਦਾਂ ਹੀ ਆਸਟ੍ਰੇਲੀਅਨ ਰੈਸਲਿੰਗ ਐਸੋਸੀਏਸ਼ਨ ਨੇ ਮੈਨੂੰ ਮਤਲਬ ਜਿੱਦਾਂ ਚੁਣਿਆ ਤੇ ਉਹਨਾਂ ਨੇ ਹੀ ਮੈਨੂੰ ਮਤਲਬ ਪੀਆਰ ਕਰਵਾਇਆ ਤੇ ਜਿੱਦਾਂ ਅੰਕਲ 바ਸੀ ਨੇ ਹੀ ਮੇਰੀ ਜਿੱਦਾਂ ਹੈਲਪ ਕੀਤੀ ਇਹਦੇ ਵਿੱਚ ਉਹਨਾਂ ਨੇ ਹੀ ਮੈਨੂੰ ਸਪான்ਸਰ ਕਰਵਾਇਆ ਉਹਨਾਂ ਨੇ ਹੀ ਹੈਲਪ ਕੀਤੀ ਕਿਉਂਕਿ ਉਸ ਟਾਈਮ ਤੇ ਆਸਟ੍ਰੇਲੀਅਨ ਰੈਸਲਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅੰਕਲ ਸੀਗੇ ਸੋ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਜਿਸ ਤਰ੍ਹਾਂ ਇਹ ਗੱਲ ਜਣੀ ਕਿ ਮੈਂ ਇਸ ਜ਼ਰੂਰ ਸਾਡੇ ਸਰੋਤਾਂ ਨੂੰ ਦੱਸਣੀ ਚਾਹੁੰਦਾ ਕਿ ਬਹੁਤ ਘੱਟ ਇਦਾਂ ਦੇ ਮੌਕੇ ਆਉਂਦੇ ਆ ਜਦੋਂ ਕੋਈ ਵੀ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਨੂੰ ਕਿਸੇ ਕਿਸੇ ਖੇਡ ਦੇ ਵਿੱਚ ਕਿਸੇ ਮੁਕਾਮ ਤੇ ਪਹੁੰਚਣ ਤੇ ਬਾਅਦ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਜਿਹੜਾ ਇੱਥੋਂ ਦੇ ਪੱਕੇ ਵਸਨੀਕ ਵਜੋਂ ਕਹਿ ਲਓ ਵੀ ਉਹਨਾਂ ਨੂੰ ਇੱਥੋਂ ਦੀ ਜਿਹੜੀ ਰਾਈਟੈਂਸੀ ਆ ਉਹ ਦਿੱਤੀ ਜਾਂਦੀ ਆ ਤੇ ਇਸ ਮਾਮਲੇ ਦੇ ਵਿੱਚ ਰੁਪਿੰਦਰ ਕੌਰ ਨੂੰ ਇਹ ਮਾਣ ਹਾਸਲ ਆ ਕਿ ਇਹਨੂੰ ਅ ਆਸਟ੍ਰੇਲੀਅਨ ਜਿਹੜੀ ਰੈਸਲਿੰਗ ਐਸੋਸੀਏਸ਼ਨ ਆ ਉਹਦੇ ਹੀ ਸੁਪਾਰਸ਼ ਦੇ ਉੱਤੇ ਉਹਦੇ ਰეკਮੈਂਡ ਕਰਨ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੂੰ ਜਿਹੜੀ ਅ ਇੱਥੋਂ ਦੇ ਇਹ ਬਸਨੀਕ ਬਣ ਸਕੇ ਤੇ ਬਾਅਦ ਦੇ ਵਿੱਚ ਆਸਟ੍ਰੇਲੀਆ ਦੇ ਮੁਕਾਬਲਿਆਂ ਦੇ ਵਿੱਚ ਭਾਗ ਲੈ ਰਹੇ ਨੇ ਰੁਪਿੰਦਰ ਕੌਰ ਮੈਂ ਇੱਕ ਹੋਰ ਤੌਰ ਤੋਂ ਪੁੱਛਣਾ ਚਾਹੁੰਦਾ ਵੀ ਆਸਟ੍ਰੇਲੀਆ ਦੇ ਵਿੱਚ ਕਿਸ ਪੱਧਰ ਤੇ ਹੁਣ ਤੁਸੀਂ ਜਿਹੜੀ ਆ ਏ ਰੈਸਲਿੰਗ ਦੇ ਮੁਕਾਬਲੇ ਕਿਸ ਪੱਧਰ ਤੇ ਉਹਨਾਂ ਦੇ ਵਿੱਚ ਹਿੱਸਾ ਲੈ ਰਹੇ ਹੋ ਤੇ ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਆ ਪ੍ਰਾਪਤੀ ਰਹੀ ਹੈ ਉਹਦੇ ਵਿੱਚ ਹਾਂਜੀ ਜਿੱਦਾਂ ਮੈਂ 2008 ਵਿੱਚ ਸਟਾਰਟ ਕਰਤਾ ਸੀਗਾ ਰੈਸਲਿੰਗ ਖੇਲਣੀ ਤੇ ਇੱਥੇ ਆ ਕੇ ਤੇ ਰੈਗੂਲਰ ਮੈਂ ਨੈਸ਼ਨਲ ਚੈਂਪੀਅਨ ਰਹੀ ਹਾਂ ਤੇ ਜਿੱਦਾਂ ਲਗਾਤਾਰ 3 ਸਾਲ ਹੋਣ ਦੇ ਬਾਅਦ ਫਿਰ ਮੈਨੂੰ 2012 ਦੇ ਵਿੱਚ ਪਰਮਾਨੈਂਟ ਰੈਜ਼ਿਡੈਂਸ ਮਿਲੀ ਫਿਰ ਮੈਨੂੰ ਮੌਕਾ ਮਿਲਿਆ ਕਿ ਇੰਟਰਨੈਸ਼ਨਲ ਖੇਲਣ ਦਾ ਇੱਥੇ ਜਿੱਦਾਂ ਆਸਟ੍ਰੇਲੀਆ ਕੱਪ ਚੈਂਪੀਅਨ ਸੀ ਜਿੱਦਾਂ ਨੈਸ਼ਨਲ ਚੈਂਪੀਅਨ ਸੀ ਤੇ ਫਿਰ Uh, 2012 ਦੇ ਵਿੱਚ ਜਿੱਦਾਂ ਮੈਂ 13 ਦੇ ਵਿੱਚ ਖੇਲੀ ਆ ਸਾਊਥ ਅਫਰੀਕਾ ਕਾਮਨਵੈਲ ਚੈਂਪੀਅਨਸ਼ਿਪ ਤੇ 2014 ਦੇ ਵਿੱਚ ਸਕਾਟਲੈਂਡ ਵਿਖੇ ਕਾਮਨਵੈਲਥ ਗੇਮਸ ਹੋਈਆਂ ਸੀਗੀਆਂ ਤੇ ਉਦੋਂ ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕੀਤਾ ਸੀ ਉਹਦੇ ਵਿੱਚ ਉਹ ਵੀ ਗੇਮ ਸੀਗੀਆਂ ਹਾਂਜੀ ਹੁਣ ਤੁਸੀਂ ਕਿਹੜੇ ਕਿਸ ਯਾਨੀ ਕਿ ਵਰਗ ਦੇ ਵਿੱਚ ਜਿਹੜੇ ਰੈਸਲਿੰਗ ਦੇ ਮੁਕਾਬਲੇ ਨੇ ਉਹਨਾਂ ਦੇ ਵਿੱਚ ਭਾਗ ਲੈਣੇ ਹੋ ਤੇ ਹੁਣ ਦੇ ਯਾਨੀ ਕਿ ਜਿਹੜੀ ਭੁਇਕ ਦੀ ਤੁਹਾਡੀ ਕੀ ਯੋਜਨਾਵਾਂ ਜੀ ਜਿੱਦਾਂ ਪਹਿਲਾਂ ਸਾਡੇ ਸੀਨੀਅਰ ਚ ਕੁੜੀਆਂ ਦਾ ਹੁੰਦਾ ਸੀ 48 ਵੇਟ ਹੁੰਦਾ ਸੀਗਾ ਪਰ ਇਸ ਸਾਲ ਉਹਨਾਂ ਨੇ ਕਾਮਨਵੈਲਥ ਗੇਮਸ ਜਿਹੜੀਆਂ ਹੋ ਰਹੀਆਂ ਵਾ ਨੈਕਸਟ ਈਅਰ 2018 ਚ ਉਹਦੇ ਲਈ ਚੇਂਜ ਕਰਤਾ ਉਹਨਾਂ ਨੇ 50 ਕਿਜੀ ਕਰਤਾ ਆ ਤੇ ਜਿਹਦੇ ਜਿਹਦੇ ਲਈ ਮੈਂ ਹੁਣ ਤਿਆਰੀ ਕਰਦੀ ਪਈ ਆ 50 ਕਿਲੋ ਉਹਦੇ ਵਿੱਚ ਮੈਂ ਖੇਲਣਾ ਆ ਤੇ ਜਿੱਦਾਂ ਮੇਰਾ ਵਿੱਚ ਗੈਪ ਵੀ ਰਿਹਾ ਆ ਕਿਉਂਕਿ ਮੇਰੀ ਮੈਰਿਜ ਹੋਈ ਸੀ 2013 ਚ 40 ਇੰਚ ਮੈਂ ਗੇਮਸ ਖੇਲ ਲਈਆਂ ਉਸ ਤੋਂ ਬਾਅਦ ਜਿੱਦਾਂ 16 ਚ ਮੇਰੇ ਡਾਟਰ ਹੋਈ ਆ ਤੇ ਉਹ ਜਦੋਂ 19 ਮੰਥ ਦੀ ਆ ਹੱਲੇ ਪਰ ਮੇਰੇ ਦਿਲ 'ਚ ਸੀਗਾ ਕਿ ਨਹੀਂ ਬੇਟੀ ਤੋਂ ਬਾਅਦ ਵੀ ਮੈਂ ਆਪਣਾ ਕੰਟੀਨਿਊ ਰੱਖਣਾ ਆ ਤੇ ਗੇਮ ਕਰਨੀ ਆ ਸੋ ਦੈਟਸ ਵਾਈ ਵੀ ਮੈਂ ਵਾਪਸ ਹੁਣ ਫੇਰ ਵਾਪਸ ਰੈਸਲਿੰਗ ਸਟਾਰਟ ਕੀਤੀ ਆ ਵਾਪਸ ਆਪਣੀ ਗੇਮ ਜੁਆਇਨ ਕੀਤੀ ਕਈ ਇਦਾਂ ਦੇ ਵੀ ਆ ਜਿਹੜੇ ਕਹਿੰਦੇ ਆ ਕਿ ਨਹੀਂ ਹੁਣ ਸਟਾਪ ਕਰ ਦੇਣੀ ਚਾਹੀਦੀ ਆ ਫੈਮਿਲੀ ਆ ਬੱਚੇ ਆ ਬਟ ਮੈਨੂੰ ਵੀ ਆ ਕਿ ਮੈਂ ਆਪਣੀ ਬੇਟੀ ਨੂੰ ਬੇਟੀ ਲਈ ਵੀ ਕੁਝ ਕਰਕੇ ਵਿਖਾਉਣਾ ਆ ਉਹ ਵੀ ਐਟ ਲੀਸਟ ਇਸੇ ਚੀਜ਼ 'ਚ ਜਾਂ ਇਸੇ ਸਪੋਰਟਸ ਦੇ ਵਿੱਚ ਅੱਗੇ ਜਾਊਗੀ ਜੇ ਮੈਂ ਉਹਦੇ ਲਈ ਕੁਝ ਕਰੂੰਗੀ ਇਹੋ ਜਿਹਾ ਤੇ ਹਾਂਜੀ ਰਪਿੰਦਰਕੌਰ ਸਾਡੇ ਸਾਰਿਆਂ ਦੇ ਲਈ ਜਿੱਥੇ ਪ੍ਰੇਰਨਾ ਸਰੋਤ ਆ ਉਥੇ ਇਹ ਬੜੀ ਮਾਣ ਵਾਲੀ ਗੱਲ ਵੀ ਆ ਕਿ ਇਹ ਪਰਿਵਾਰਕ ਜੀਵਨ ਦੇ ਵਿੱਚ ਪਰਿਵਾਰਕ ਜੀਵਨ ਸ਼ੁਰੂ ਕਰਨ ਤੋਂ ਬਾਅਦ ਦੇ ਵਿੱਚ ਵੀ ਕੁਸ਼ਤੀ ਮੁਕਾਬਲਿਆਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਦੁਬਾਰਾ ਫੇਰ ਹਿੱਸਾ ਲੈ ਰਹੀ ਆ ਰਪਿੰਦਰਕੌਰ ਆਮ ਤੌਰ ਦੇ ਉੱਤੇ ਸਾਡੇ ਜਿਹੜੇ ਬੱਚੀਆਂ ਨੇ ਜਾਂ ਕਹਿ ਲਓ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹਨਾਂ ਨੂੰ ਖੇਡਾਂ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆਉਂਦੀ ਆ ਘਰਾਂ ਦੇ ਵਿੱਚੋਂ ਯਾਨੀ ਕਿ ਉਸ ਤਰ੍ਹਾਂ ਦਾ ਸਹਿਯੋਗ ਨਹੀਂ ਮਿਲਦਾ ਸਮਾਜਿਕ ਤੌਰ ਦੇ ਉੱਤੇ ਵੀ ਯਾਨੀ ਕਿ ਥੋੜਾ ਜਿਹਾ ਮੁਸ਼ਕਲਾ ਬੀਬੀਆਂ ਦੇ ਲਈ ਤੇ ਤੁਹਾਨੂੰ ਯਾਨੀ ਕਿ ਜਦੋਂ ਸ਼ੁਰੂ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਜਿਹੜਾ ਇਹ ਸਹਿਯੋਗ ਸੀ ਪਰਿਵਾਰ ਵੱਲੋਂ ਤੁਹਾਡੇ ਆਲੇ ਦੁਆਲੇ ਵੱਲੋਂ ਤੁਹਾਡੇ ਵਿਦਿਅਕ ਸੰਸਥਾਵਾਂ ਵੱਲੋਂ ਉਮ ਸਭ ਤੋਂ ਪਹਿਲਾਂ ਤਾਂ ਜਿੱਦਾਂ ਆਪਣੇ ਪੰਜਾਬੀਆਂ ਲਈ ਜਾਂ ਇੰਡੀਅਨ ਲਈ ਰੈਸਲਿੰਗ ਕੁੜੀਆਂ ਲਈ ਕਰਨੀ ਜਦੋਂ ਮੈਂ ਸਟਾਰਟ ਕੀਤੀ ਸੀ ਬਹੁਤ ਹਾਰਡ ਸੀਗੀ ਜਿਹੜਾ ਕੋਈ ਕਹਿੰਦਾ ਸੀ ਕਿ ਜਿਹੜੀਆਂ ਕੁਸ਼ਤੀਆਂ ਹੁੰਦੀਆਂ ਵਾ ਰੈਸਲਿੰਗ ਹੁੰਦੀ ਹੈ ਉਹ ਕੁੜੀਆਂ ਦੀ ਗੇਮ ਨਹੀਂ ਹੁੰਦੀ ਮੁੰਡਿਆਂ ਦੀ ਹੁੰਦੀ ਆ ਪਹਿਲਵਾਨੀ ਤੇ ਤੇ ਜਿੱਦਾਂ ਸਭ ਤੋਂ ਪਹਿਲਾਂ ਮੇਰੀ ਫੈਮਿਲੀ ਸੀਗੀ ਫੈਮਿਲੀ ਵੱਲੋਂ ਫੁੱਲ سپورਟ ਸੀਗੀ ਕਈ ਜਿੱਦਾਂ ਪਿੰਡ ਦੇ ਜਾਂ ਆਸ-ਪਾਸੇ ਵਾਲੇ ਕੋਈ ਕਹਿ ਵੀ ਦਿੰਦੇ ਸੀਗੇ ਵੀ ਨਹੀਂ ਕੁੜੀਆਂ ਦੀ ਗੇਮ ਨਹੀਂ ਆ ਕੁੜੀਆਂ ਦੀ ਸਪੋਰਟ ਨਹੀਂ ਆ ਬਟ ਮੇਰੇ ਡੈਡ ਜਿਹੜੇ ਆਰਮੀ 'ਚ ਹੋਣ ਕਰਕੇ ਥੋੜੇ ਐਡਵਾਂਸ ਸੀਗੇ ਜਾਂ ਥੋੜਾ ਸੋਚਦੇ ਸੀਗੇ ਕਿ ਨਹੀਂ ਮੇਰੇ ਗੇਮ ਚ ਵੀ ਚਾਹੁੰਦੇ ਆ ਜਿੱਥੇ ਵੀ ਕਾਮਯਾਬ ਹੋਣਾ ਚਾਹੁੰਦੇ ਵੀ ਮੈਂ ਸਾਥ ਦੇਣਾ ਤੇ ਮੇਰੇ ਖਾਸ ਕਰਕੇ ਜਿਹੜੇ ਗ੍ਰੈਂਡਪੈਰੈਂਟ ਸੀਗੇ ਦਾਦਾ ਦਾਦੀ ਉਹ ਬਹੁਤ ਹੀ ਜ਼ਿਆਦਾ ਚੰਗੀ ਸੋਚ ਵਾਲੇ ਸੀ ਉਹ ਇਵਨ ਕਿ ਮੈਨੂੰ ਪੁੱਤਰ ਹੀ ਕਹਿ ਕੇ ਬੁਲਾਉਂਦੇ ਸੀਗੇ ਕਿ ਇਹ ਸਾਡੀ ਧੀ ਨਹੀਂ ਐ ਸਾਡਾ ਪੁੱਤਰ ਆ ਕਿ ਜਿਹੜਾ ਇੰਨੀ ਦੂਰ ਤੱਕ ਗੇਮਾਂ ਖੇਲਦੀ ਆ ਜਾਂ ਸਾਡਾ ਨਾਮ ਰੌਸ਼ਨ ਕਰਦੀ ਆ ਸੋ ਮੇਰੇ ਲਈ ਬਹੁਤ ਹੀ ਜ਼ਿਆਦਾ ਪ੍ਰਾਊਡ ਵਾਲੀ ਗੱਲ ਸੀ ਕਿ ਇੰਨੀ ਚੰਗੀ ਫੈਮਿਲੀ ਮੇਰੀ ਆ ਕਿ ਜਿਹੜਾ ਮੈਨੂੰ ਸਾਥ ਦਿੰਦੇ ਰਹੇ ਆ ਜਿਹੜਾ ਇੰਨਾ ਹਾਂਜੀ ਹੁਣ ਤੁਸੀਂ ਅਗਲੇ ਜਾਨੀ ਕਿ ਜਿਹੜੇ ਕਾਨਵਰਸ ਖੇਡਾਂ ਆਸਟ੍ਰੇਲੀਆ ਦੇ ਵਿੱਚ ਹੋਣ ਜਾ ਰਹੀਆਂ ਨੇ 골ਡ ਕੋਸਟ ਦੇ ਵਿੱਚ ਉਹਦੇ ਵਿੱਚ ਭਾਗ ਲੈਣ ਜਾ ਰਹੇ ਹਾਂ ਸਾਡੀਆਂ ਸਾਰਿਆਂ ਦੀਆਂ ਸਭ ਬਸ਼ਾਮਾ ਤੁਹਾਡੇ ਨਾਲ ਆ ਜਿਹੜੇ ਸਾਡੇ ਇੱਥੇ ਹੋਰ ਵਿਦਿਆਰਥੀ ਆਉਂਦੇ ਨੇ ਪੜਨ ਤੇ ਬਾਅਦ ਵਿੱਚ ਜਾਨੀ ਕਿ ਕਹ ਲੋ ਜ਼ਿੰਦਗੀ ਦੀ ਸ਼ੁਰੂਆਤ ਕਰਨ ਤੇ ਖੇਡਾਂ ਦੇ ਵਿੱਚ ਉਹਨਾਂ ਨੂੰ ਕੀ ਭਾਗ ਲੈਣਾ ਚਾਹੀਦਾ ਜਾਂ ਕਿਸ ਤਰ੍ਹਾਂ ਦਾ ਮਕਾਮ ਉਹਨਾਂ ਦੇ ਲਈ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਆ ਮੇਰਾ ਸਨੇਹਾ ਹੀ ਆ ਕਿ ਜਿੱਦਾਂ ਕਈ ਇੰਡੀਆ ਤੋਂ ਗੇਮ ਕਰਦੇ ਆਉਂਦੇ ਆ ਇੱਥੇ ਆ ਕੇ ਸਟਾਪ ਕਰ ਦਿੰਦੇ ਆ ਕਿਉਂਕਿ ਮੈਨੂੰ ਵੀ ਪਤਾ ਇੱਥੇ ਜੌਬ ਹੁੰਦੀ ਆ 8-8 ਘੰਟੇ ਦੀ ਸ਼ਿਫਟ ਲਾ ਕੇ ਫਿਰ ਟ੍ਰੇਨਿੰਗ ਕਰਨੀ ਥੋੜਾ ਸਮਝਦੇ ਆ ਕਿ ਔਖੀ ਆ ਬਟ ਜਿਹੜੀ ਜਿੰਨੂੰ ਕਹਿੰਦੇ ਨੇ ਨਾ ਪੰਜਾਬੀ ਚ ਆਪਣੇ ਅੰਦਰ ਕਹਿੰਦੇ ਨੇ ਕੀੜਾ ਜਿੱਦਾਂ ਗੇਮ ਵਾਲਾ ਕਿੜਾ ਜਿਹਦੇ ਅੰਦਰ ਹੈਗਾ ਆ ਉਹ ਜਿੰਨੀ ਮਰਜ਼ੀ ਮੁਸ਼ਕਿਲ ਆਉਣ ਜਿੰਨੀਆਂ ਮਰਜ਼ੀ ਔਖੀਆਂ ਆਉਣ ਉਹ ਪੂਰਾ ਕਰਦੇ ਆ ਤੇ ਉਹ ਕਾਰ ਹੀ ਲੈਂਦੇ ਤੇ ਖਾਸ ਕਰਕੇ ਜੇ ਇਦਾਂ ਆਪਾਂ ਜੌਬ ਤੋਂ ਥੱਕੇ ਹੋਏ ਉਹ ਤੋਂ ਬਾਅਦ ਆਪਣੀ ਟ੍ਰੇਨਿੰਗ ਕਰਦੇ ਆ ਨਾ ਉਹ ਆਪਾਂ ਨੂੰ ਰੀਫਰੈਸ਼ ਕਰ ਦਿੰਦੀ ਆ ਆਪਾਂ ਨੂੰ ਟੋਟਲੀ ਆਪਣਾ ਮਾਈਂਡ ਫਰੈਸ਼ ਹੋ ਜਾਂਦਾ ਕਿ ਥਕਾਵਟ ਲੈ ਜਾਂਦੀ ਉਹਦੇ ਨਾਲ ਤੇ ਜੇ ਕਿਸੇ ਨੇ ਕੁਝ ਕਰਨਾ ਆ ਕੁਝ ਬਣਨਾ ਆ ਫਿਰ ਥੋੜੇ ਐਫਰਟ ਤਾਂ ਲਾਉਣੇ ਹੀ ਪੈਣੇ ਆ ਤੇ ਸੋ ਇਸ ਕਰਕੇ ਮੇਰੀ ਇਹੋ ਉਹਨਾਂ ਨੂੰ ਬlesingਸ ਆ ਕਿ ਤੁਸੀਂ ਪਲੀਜ਼ ਕੀਪ ਗੋਇੰਗ ਕਿ ਜੇ ਤੁਸੀਂ ਕੋਈ ਗੇਮ ਕਰਨੀ ਆ ਸਪੋਰਟ ਕਰਨੀ ਆ ਤੇ ਟਾਈਮ ਚੋਂ ਟਾਈਮ ਕੱਢੋ ਭਾਵੇਂ ਬਾਕੀ ਹੋਰ ਜਿਹੜੇ ਚੀਜ਼ਾਂ ਆ ਛੱਡ ਕੇ ਐਟਲੀਸਟ ਇੱਕ ਜੌਬ ਦੇ ਨਾਲ ਨਾਲ ਤੁਸੀਂ ਇੰਨਾ ਕੁ ਤੇ ਕਰ ਸਕਦੇ ਆ ਆਪਣੀ ਗੇਮ ਤਾਂ ਕਰ ਸਕਦੇ ਹੋ ਤੇ ਇਹ ਦੱਸੋ ਵੀ ਜਦੋਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਰੈਸਲਿੰਗ ਸ਼ੁਰੂ ਕੀਤੀ ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਲੋਕਲ ਕਲੱਬ ਸੀ ਜਾਂ ਬਾਦ ਵਿੱਚ ਆਸਟ੍ਰੇਲੀਅਨ ਰੈਸਟਰੀਲਿੰਗ ਐਸੋਸੀਏਸ਼ਨ ਦਾ ਵੀ ਇਹਨਾਂ ਸਾਰਿਆਂ ਦਾ ਸਹਿਯੋਗ ਇਸ ਤਰ੍ਹਾਂ ਦਾ ਰਿਹਾ ਹਾਂਜੀ ਇਹਨਾਂ ਦਾ ਬਹੁਤ ਵਧੀਆ ਸਹਿਯੋਗ ਰਿਹਾ ਜਿੱਦਾਂ ਮੈਂ ਜਿੱਥੇ ਵੀ ਗੇਮ ਕਰਨੀ ਹੁੰਦੀ ਸੀ ਜਾਂ ਜੋ ਵੀ ਕਰਨਾ ਹੁੰਦਾ ਸੀ ਇਹ ਸਪੋਰਟ ਕਰਦੇ ਸੀ ਜਿੱਦਾਂ ਅੰਕਲ ਹਮੇਸ਼ਾ ਕੁਲਦੀਪ ਅੰਕਲ ਹਮੇਸ਼ਾ ਨਾਲ ਹੁੰਦੇ ਸੀ ਜਿੱਥੇ ਵੀ ਖੇਲਣ ਜਾਣਾ ਹੁੰਦਾ ਸੀ ਤੇ ਨਾਲੇ ਉਦਾਂ ਵੀ ਜਿੱਦਾਂ ਮੈਂ ਟ੍ਰੇਨਿੰਗ ਦੀ ਆਪਣੀ ਜਾਂ ਤਿਆਰੀ ਕਰਨੀ ਸੀ ਜਾਂ ਕਰ ਰਹੀ ਹਾਂ ਹੁਣ ਉਹ ਵੀ ਮੈਨੂੰ ਖੁਦ ਵੈਸੇ ਪਲਾਨ ਕਰਨੀ ਪੈਂਦੀ ਆ ਵੀ ਮੈਂ ਕਿੱਦਾਂ ਕਿੱਦਾਂ ਵਾਂ ਟਾਈਮ ਮੈਨੇਜ ਕਰਨਾ ਆ ਜਾਂ ਕਿੱਦਾਂ ਸਾਰਾ ਸੈਟਅਪ ਕਰਕੇ ਫਿਰ ਮੈਂ ਆਪਣਾ ਟਾਈਮ ਕਰਨਾ ਟ੍ਰੇਨਿੰਗ ਵਾਸਤੇ ਸੋ ਇਸ ਕਰਕੇ ਕੁਝ ਆਪਣੇ ਐਫਰਟ ਹੁੰਦੇ ਆ ਤੇ 50% ਉਹਨਾਂ ਦੇ ਹੁੰਦੇ 50% ਆਪਣੇ ਲਾਉਣੇ ਪੈਂਦੇ ਆ ਨਹੀਂ ਉਦਾਂ ਉਹਨਾਂ ਦਾ ਜਾਨੀ ਕਿ ਜਿਵੇਂ ਤੁਸੀਂ ਕਿਉਂਕਿ ਪਹਿਲਾਂ ਜਦੋਂ ਤੁਸੀਂ ਆ ਕੇ ਇੱਥੇ ਰੈਸਲਿੰਗ ਸ਼ੁਰੂ ਕੀਤੀ ਉਸ ਵੇਲੇ ਤੁਸੀਂ ਆਸਟ੍ਰੇਲੀਆ ਦੇ ਵਸਨੀਕ ਨਹੀਂ ਸੀ ਤਾਂ ਇਸ ਤੱਕ ਇਸ ਕਰਕੇ ਜਿਹੜੀ ਇਥੋਂ ਦੀਆਂ ਖੇਡ ਸੰਸਥਾਵਾਂ ਨੇ ਜਾਂ ਖੇਡ ਅ ਪ੍ਰਬੰਧ ਦਾ ਸਾਰਾ ਉਹਦੇ ਵਿੱਚ ਕੋਈ ਰਿਕਵਰਡ ਤਾਂ ਨਹੀਂ ਆਈ ਇਹ ਗੱਲ ਕਰਕੇ ਨਹੀਂ 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 ਇਹੋ ਜੀ ਕੋਈ ਰਿਕਵਰਡ ਨਹੀਂ ਆਈ ਉਹਨਾਂ ਨੂੰ ਜਦੋਂ ਮੇਰੀ ਵੇਖੀ ਪਰਫਾਰਮੈਂਸ ਠੀਕ ਆ ਵੀ ਹਾਂ ਵੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਖੇਡ ਸਕਦੀ ਆ ਜਾਂ ਖੇਡੂਗੀ ਤੇ ਤਾਂ ਹੀ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਅਦਰਵਾਈਜ਼ ਤੁਹਾਨੂੰ ਪਤਾ ਜੇ ਕੋਈ ਨਹੀਂ ਖੇលੂਗਾ ਨਹੀਂ ਚੰਗਾ ਕੰਪੀਟੀਟਰ ਹੋਊਗਾ ਜਾਂ ਨਹੀਂ ਕੁਝ ਗੁੱਡ ਕਰੂਗਾ ਫਿਰ ਓਖਾ ਹੋ ਜਾਂਦਾ ਫਿਰ ਨਹੀਂ ਕਰਦੇ ਸਪੋਰਟ ਹਾਂਜੀ ਅਛਾ ਰਪਿੰਦਰ ਕੌਰ ਜੀ ਇੱਕ ਹੋਰ ਦੱਸੋ ਵੀ ਹੁਣ ਤੁਹਾਡੀ ਭਵਿੱਖ ਦੇ ਵਿੱਚ ਜਿਵੇਂ ਆਪਣਾ ਤੁਸੀਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਕਾਮਨਵੈਲਥ ਕਿੱਡਾ ਹੋਣ ਜਾ ਰਹੀਆਂ ਨੇ ਉਹਦੇ ਲਈ ਤੁਸੀਂ ਤਿਆਰੀ ਕਰ ਰਹੇ ਹੋ ਤੇ ਕਿਸ ਤਰ੍ਹਾਂ ਦੀ ਤੁਹਾਡੀ ਤਿਆਰੀ ਚੱਲ ਰਹੀ ਹੈ ਤੇ ਕਿਹੜੇ ਵਰਗ ਦੇ ਵਿੱਚ ਤੁਸੀਂ ਆਂ ਭਾਗ ਲੈ ਰਹੇ ਹੋ ਆਸਟ੍ਰੇਲੀਆ ਵੱਲੋਂ ਇਹਨਾਂ ਖੇਡਾਂ ਦੇ ਵਿੱਚ ਤੇ ਕੀ ਆਸ ਰੱਖਦੇ ਹੋ ਹਾਂਜੀ ਹੁਣ ਮੇਰੀ ਤਿਆਰੀ ਜਿਹੜੀ ਹੋ ਰਹੀ ਉਹ 50 ਕਿਲੋਗ੍ਰਾਮ ਲਈ ਹੋ ਰਹੀ ਆ 50 ਕੇਜੀ ਲਈ ਤੇ ਸਾਡੇ ਜਿੱਦਾਂ ਟ੍ਰਾਇਲ ਆ ਨਵੰਬਰ ਦੇ ਵਿੱਚ ਆ ਉਸ ਤੋਂ ਬਾਅਦ ਹੀ ਮੈਂ ਕਹਿ ਸਕਦੀ ਹਾਂ ਕਿ ਹੁਣ ਮੈਂ ਕੰਪੀਟੀਸ਼ਨ ਲਈ ਜਾਂ ਕਾਮਨਵੈਲਥ ਗੇਮਸ ਲਈ ਜਾਣ ਲਈ ਵੀ ਰੈਡੀ ਹਾਂ ਜਾਂ ਕਿੱਦਾਂ ਹਾਂ ਕਿਉਂਕਿ ਬਿਫੋਰ ਟ్రਾਇਲ ਤੁਹਾਨੂੰ ਪਤਾ ਕੋਈ ਵੀ ਸਪੋਰਟਸ ਵਾਲੇ ਨੂੰ ਓਵਰ ਕੌਨਫੀਡੈਂਸ ਦੇਵੇ ਜਾਂ ਕਦੇ ਵੀ ਕੁਝ ਨਹੀਂ ਕਹਿਣਾ ਚਾਹੀਦਾ ਕਿ ਜਿੱਦਾਂ ਬਾਅਦ ਵਿੱਚ ਆਪਾਂ ਨੂੰ ਬੈਡ ਰਿਜ਼ਲਟ ਮਿਲੇ ਸੋ ਇਸ ਕਰਕੇ ਮੈਂ ਇਹੀ ਕਹਾਂਗੀ ਕਿ ਮੇਰੇ ਟ్రਾਇਲ ਜਿਹੜੇ ਨਵੰਬਰ ਚਾ ਉਦੋਂ ਬਾਅਦ ਹੀ ডিসਿਜਨ ਲੈਣਾ ਆ ਕਿ ਮੈਂ ਖੇਲਣਾ ਆ ਜਾਂ ਨਹੀਂ ਤੇ ਨਾਲੇ ਜਿਹੜੀ ਮੇਰੀ ਤਿਆਰੀ ਚੱਲਦੀ ਪਈ ਆ ਉਹ ਜਿੱਦਾਂ ਮੇਰਾ ਕੋਚ ਹੈ ਜਿਹੜਾ ਹੁਣ ਰਸ਼ੀਅਨ ਆ ਤਾਨੂੰ ਪਤਾ ਰਸ਼ੀ ਦੀ ਇੱਕ ਰੈਸਲਿੰਗ ਬਹੁਤ ਵਧੀਆ ਆ ਸੋ ਉਹਦੇ ਅੰਡਰ ਮੈਂ ਟ੍ਰੇਨਿੰਗ ਲੈ ਰਹੀ ਆ ਜਿੱਦਾਂ ਜਿੱਦਾਂ ਮੈਨੂੰ ਜੋ ਮੇਰਾ ਪਲਾਨ ਜਾਂ ਡਾਈਟ ਵਗੈਰਾ ਸਾਰਾ ਕੁਝ ਬਣਾਉਂਦੇ ਆ ਮੈਂ ਉਸੇ ਹਿਸਾਬ ਨਾਲ ਚੱਲਦੀ ਆ ਸੋ ਤੇ ਕੀ ਆਸ ਰੱਖਦੇ ਹੋ ਸਾਡੇ ਜਿਹੜੇ ਨਵੇਂ ਇੱਥੇ ਸਾਡੇ ਹੋਰ ਵੀ ਜਿਹੜੇ ਇੱਥੇ ਬੱਚੇ ਬੱਚੀਆਂ ਬਾਗ ਲੈ ਰਹੇ ਨੇ ਖੇਡਾਂ ਦੇ ਵਿੱਚ ਤੇ ਕਿਸ ਤਰ੍ਹਾਂ ਦਾ ਤੁਸੀਂ ਹੋਰ ਦੇਖਦੇ ਹੋ ਜਿਹੜਾ ਸਹਯੋਗ ਆਪਣੀ ਕਮਿਊਨਿਟੀ ਦਾ ਆਸਟ੍ਰੇਲੀਆ ਦੇ ਵਿੱਚ ਹੁਣ ਆਪਣੇ ਸਿੱਖ ਭਾਈਚਾਰੇ ਦੇ ਜਿਹੜੇ ਇੱਥੇ ਬੌਰਨ ਬੱਚੇ ਨੇ ਜਾਂ ਪੰਜਾਬ ਤੋਂ ਪ੍ਰਵਾਸ ਕਰਕੇ ਆਏ ਨੇ ਵੀ ਉਹ ਕਿਸ ਤਰ੍ਹਾਂ ਦਾ ਉਹਨਾਂ ਸਾਰਿਆਂ ਦਾ ਕਿਸ ਪੱਧਰ ਤੇ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਉਹਨਾਂ ਦੀ ਸ਼ਮੂਲੀਅਤ ਮੰਨਦੇ ਹੋ ਖੇਡਾਂ ਦੇ ਵਿੱਚ ਅ ਜਿੱਦਾਂ ਹੁਣ ਆਪਣੇ ਆਹ ਪੰਜਾਬੀ ਜਾਂ ਸਿੱਖ ਆਰਗੇਨਾਈਜੇਸ਼ਨ ਜਾਂ ਜੋ ਵੀ ਸਾਰੇ ਈਵੈਂਟ ਕਰਾਉਂਦੇ ਆ ਜਾਂ ਅੱਜ ਜਿਹੜਾ ਹੋ ਰਿਹਾ ਸੀਗਾ ਇਹ ਬਹੁਤ ਵਧੀਆ ਆ ਕਿਉਂਕਿ ਬੱਚੇ ਇੱਕ ਤਾਂ ਸਿੱਖੀ ਨਾਲ ਜੁੜਦੇ ਆ ਦੂਜਾ ਉਹ ਏਸੇ ਚੀਜ਼ ਨੂੰ ਲੈ ਕੇ ਅੱਗੇ ਆਪਣਾ ਕੋਈ ਫਿਊਚਰ ਦੇਖ ਸਕਦੇ ਆ ਆਪਾਂ ਵੇਖ ਦੇਖ ਸਕਦੇ ਆ ਕਿ ਜਿਹਦੇ ਵਿੱਚ ਜਿੱਦਾਂ ਪਾਰਟਿਕੂਲਰ ਕੋਈ ਇੱਕ sport ਨੂੰ ਹੀ ਚੁਣਨ ਜਿੱਦਾਂ ਆਪਣੇ ਕੀ ਹੋ ਜਾਂਦਾ ਹੈ ਆਪਣੇ ਕਹਿੰਦੇ ਆ ਕਿ ਤੂੰ ਆ ਵੀ ਗੇਮ ਕਰ ਲੈ ਆ ਵੀ ਕਰ ਲੈ ਜਿੱਦਾਂ ਚਾਰ ਪੰਜ ਗੇਮਸ ਨੂੰ ਇਕੱਠਾ ਹੀ ਕਰ ਦਿੰਦੇ ਆ ਵੀ ਤੂੰ ਸਾਰਾ ਪਰ ਮੇਰੀ ਸਲਾਹ ਇਹ ਆ ਕਿ ਜੇ ਕਿਸੇ ਨੇ ਬੱਚੇ ਨੇ ਸਫਲ ਹੋਣਾ ਆ ਉਹਨੂੰ ਇੱਕ ਹੀ ਸਪੋਰਟ ਕਰਾਓ ਇੱਕ ਦੇ ਵਿੱਚ ਹੀ ਟ੍ਰੇਨਿੰਗ ਦੋ ਤੇ ਇੱਕ ਦੇ ਵਿੱਚ ਹੀ ਹਮੇਸ਼ਾ ਕੰਪੀਟ ਕਰਨ ਲਈ ਕਹੋ ਜਿੱਦਾਂ ਸਾਰਾ ਕੁਝ ਕਹਿੰਦੇ ਆ ਵੀ ਖੇਡ ਲਾ ਵਾਲੀਬਾਲ ਖੇਡ ਲਾ ਬਾਸਕਟਬਾਲ ਖੇਡ ਲਾ ਉਹ ਬੱਚੇ ਦਾ ਬੈਲੈਂਸ ਜਾਂ ਉਹ ਬੱਚੇ ਦਾ ਕੋਈ ਸਿਸਟਮ ਸਹੀ ਨਹੀਂ ਬਣਦਾ ਇਦਾਂ ਖੇਲਣਾ ਸੋ ਇੱਕ ਹੀ ਗੇਮ ਕਰਨੀ ਚਾਹੀਦੀ ਇੱਕ ਦੇ ਵਿੱਚ ਅੱਗੇ ਜਾਣਾ ਚਾਹੀਦਾ ਆ ਸਾਡੀਆਂ ਸਾਰਿਆਂ ਦੀਆਂ ਆਸਾਂ ਉਮੀਦਾਂ ਤੁਹਾਡੇ ਨਾਲ ਨੇ ਤੇ ਅਸੀਂ ਪ੍ਰਮਾਤਮਾ 'ਗੇ ਅਰਦਾਸ ਕਰਦੇ ਆਂ ਕਿ ਤੁਹਾਨੂੰ ਹੋਰ ਤੁਹਾਡੇ ਖੇਡ ਜਿਹੜਾ ਤੁਹਾਡਾ ਅੱਗੇ ਖੇਡਾਂ ਦੇ ਵਿੱਚ ਤੁਹਾਡਾ ਹੋਰ ਯੋਗਦਾਨ ਆ ਉਹਦੇ ਵਿੱਚ ਤੁਹਾਨੂੰ ਪੂਰੀ ਕਾਮਯਾਬੀ ਬਖਸ਼ੇ ਤੁਸੀਂ ਵਧੀਆ ਤਰੀਕੇ ਦੇ ਨਾਲ ਭਾਈਚਾਰੇ ਦਾ ਨਾਂ ਰੋਸ਼ਨ ਕਰ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ